ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਅੱਜ ਇੱਕ ਬਹੁਤ ਵੱਡਾ ਐਲਾਨ ਕਰਨ ਜਾ ਰਿਹਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਸੱਚੇ ਦਿਲੋਂ ਇਮਾਨਦਾਰ ਪਾਰਟੀ ਹੈ। ਸਾਡੀ ਸਰਕਾਰ ਤਹਿ ਦਿਲੋਂ ਇਮਾਨਦਾਰ ਸਰਕਾਰ ਹੈ। ਅਸੀਂ ਇੱਕ ਰੁਪਈਏ ਦੀ ਵੀ ਹੇਰਾਫੇਰੀ ਬਰਦਾਸ਼ਤ ਨਹੀਂ ਕਰਾਂਗੇ। ਜਦੋਂ ਚੋਣ ਪ੍ਰਚਾਰ ਦੌਰਾਨ ਮੈਂ ਪਿੰਡਾਂ ਸ਼ਹਿਰਾਂ ਕਸਬਿਆਂ ਜਾਂਦਾ ਸੀ ਤਾਂ ਮੈਂ ਲੋਕਾਂ ਦੀਆਂ ਅੱਖਾਂ 'ਚੋਂ ਇੱਕ ਉਮੀਦ ਦੇਖਦਾ ਸੀ। ਲੋਕਾਂ ਦੇ ਚਿਹਰਿਆਂ ਤੋਂ ਮੈਨੂੰ ਇੱਕ ਉਮੀਦ ਨਜ਼ਰ ਆਉਂਦੀ ਸੀ ਕਿ ਸ਼ਾਇਦ ਕੋਈ ਐਸਾ ਆਵੇਗਾ ਜਿਹੜਾ ਸਾਨੂੰ ਭ੍ਰਿਸ਼ਟਾਚਾਰ ਦੀ ਆ ਕਰਪਸ਼ਨ ਦੀ ਦਲਦਲ 'ਚੋਂ ਕੱਢ ਲਏਗਾ। ਅਤੇ ਜਦੋਂ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨਾ ਸੀ ਤਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕ੍ਰਾਂਤੀਕਾਰੀ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਵੀ ਮੈਨੂੰ ਕਿਹਾ ਸੀ ਕਿ ਭਗਵੰਤ, ਮੈਂ ਇੱਕ ਪੈਸੇ ਦੀ ਵੀ ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ ਬਰਦਾਸ਼ਤ ਨਹੀਂ ਕਰ ਸਕਦਾ। ਤਾਂ ਮੈਂ ਉਹਨਾਂ ਨੂੰ ਵਚਨ ਦਿੱਤਾ ਸੀ ਕਿ ਜੀ ਬਿਲਕੁਲ ਇੱਦਾਂ ਹੀ ਹੋਊਗਾ। ਆਪਣੀ ਪਾਰਟੀ ਜਿਹੜੀ ਹੈ ਉਹ ਇੱਕ ਅੰਦੋਲਨ 'ਚੋਂ ਨਿਕਲੀ ਹੋਈ ਪਾਰਟੀ ਹੈ, ਕਰਪਸ਼ਨ ਦੇ ਖਿਲਾਫ ਅੰਦੋਲਨ 'ਚੋਂ ਨਿਕਲੀ ਹੋਈ ਪਾਰਟੀ ਹੈ। ਅਤੇ ਭਾਵੇਂ ਕੋਈ ਆਪਣੇ ਹੀ ਹੋਵੇ, ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ। ਮੇਰੇ ਧਿਆਨ 'ਚ ਇੱਕ ਕੇਸ ਆਇਆ ਜਿਹਦੇ ਵਿੱਚ ਮੇਰੀ ਸਰਕਾਰ ਦਾ ਇੱਕ ਮੰਤਰੀ ਹਰ ਟੈਂਡਰ 'ਚੋਂ ਜਾਂ ਉਸ ਮਹਿਕਮੇ ਨਾਲ ਸੰਬੰਧਿਤ ਖਰੀਦੋ ਫਰੋਖਤ ਦੇ ਵਿੱਚੋਂ 1% ਕਮਿਸ਼ਨ ਮੰਗਦਾ ਸੀ। ਮੈਂ ਇਸ ਕੇਸ ਨੂੰ ਬਹੁਤ ਗੰਭੀਰਤਾ ਨਾਲ ਲਿਆ। ਇਸ ਕੇਸ ਦਾ ਸਿਰਫ ਮੈਨੂੰ ਪਤਾ ਹੈ, ਨਾ ਤਾਂ ਮੀਡੀਆ ਨੂੰ ਪਤਾ, ਨਾ ਵਿਰੋਧੀ ਪਾਰਟੀਆਂ ਨੂੰ ਪਤਾ। ਜੇ ਮੈਂ ਚਾਹੁੰਦਾ ਤਾਂ ਇਸ ਕੇਸ ਨੂੰ ਮੈਂ ਦੱਬ ਸਕਦਾ ਸੀ, ਪਰ ਜੇ ਮੈਂ ਇੱਦਾਂ ਕਰਦਾ ਤਾਂ ਆਪਣੀ ਜ਼ਮੀਰ ਨਾਲ ਵੀ ਧੋਖਾ ਕਰਦਾ ਅਤੇ ਲੱਖਾਂ ਲੋਕ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਉਹਨਾਂ ਦਾ ਮੈਂ ਵਿਸ਼ਵਾਸ ਤੋੜਦਾ। ਇਸ ਲਈ ਮੈਂ ਉਸ ਮੰਤਰੀ ਦੇ ਖਿਲਾਫ ਸਖ਼ਤ ਐਕਸ਼ਨ ਲੈ ਰਿਹਾ, ਉਹਨੂੰ ਮੰਤਰੀ ਮੰਡਲ 'ਚੋਂ ਬਰਖਾਸਤ ਕਰ ਰਿਹਾ ਅਤੇ ਤੁਰੰਤ ਪੁਲਿਸ ਨੂੰ ਉਹਦੇ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦੇ ਰਿਹਾ। ਉਸ ਮੰਤਰੀ ਦਾ ਨਾਮ ਹੈ ਡਾਕਟਰ ਵਿਜੇ ਸਿੰਗਲਾ, ਜਿਹੜੇ ਕਿ ਸਿਹਤ ਮੰਤਰੀ ਸੀ ਅਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਇਹ ਘਪਲੇਬਾਜ਼ੀਆਂ ਕੀਤੀਆਂ ਅਤੇ ਉਹਨਾਂ ਨੇ ਇਹ ਗੁਨਾਹ ਕਬੂਲ ਵੀ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਸਰਕਾਰ ਜ਼ੀਰੋ ਟੋਲਰੈਂਸ ਰੱਖੂਗੀ ਭ੍ਰਿਸ਼ਟਾਚਾਰ ਦੇ ਖਿਲਾਫ। ਇਤਿਹਾਸ ਦੇ ਵਿੱਚ ਭਾਰਤ ਦੇ 75 ਸਾਲ ਆਜ਼ਾਦੀ ਦੇ ਹੋਣ ਵਾਲੇ ਨੇ, ਇਤਿਹਾਸ ਦੇ ਵਿੱਚ ਦੂਜੀ ਵਾਰ ਇਹ ਕੰਮ ਹੋ ਰਿਹਾ। ਇੱਕ ਵਾਰ 2015 ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਫੂਡ ਸਪਲਾਈ ਮਿਨਿਸਟਰ ਨੂੰ ਇੱਕ ਆਡੀਓ ਫੋਨ 'ਤੇ ਪੈਸੇ ਮੰਗਣ ਦੇ ਚਾਰਜ ਦੇ ਹੇਠ ਬਰਖਾਸਤ ਵੀ ਕੀਤਾ ਸੀ ਅਤੇ ਉਹਦਾ ਕੇਸ ਜਿਹੜਾ CBI ਨੇ ਦਿੱਤਾ ਸੀ। ਅਤੇ ਮੈਂ ਸਾਰੇ ਅਫਸਰਾਂ ਨੂੰ, ਰਾਜਨੀਤਿਕ ਲੋਕਾਂ ਨੂੰ ਜਾਂ ਰਸੂਖਦਾਰ ਜਿਹੜੇ ਵੀ ਹੈਗੇ ਨੇ, ਚਾਹੇ ਸਾਡੇ ਆਪਣੇ ਨੇ ਚਾਹੇ ਬੇਗਾਨੇ ਨੇ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ 1 ਰੁਪਏ ਦਾ ਵੀ ਭ੍ਰਿਸ਼ਟਾਚਾਰ ਜਿਹੜਾ ਉਹ ਬਰਦਾਸ਼ਤ ਨਹੀਂ ਕਰੂੰਗਾ। ਉਹ ਆਪਣੇ ਆਪ ਹੀ ਠੀਕ ਹੋ ਜਾਣ, ਨਹੀਂ ਤਾਂ ਸਖ਼ਤ ਕਾਰਵਾਈ ਲਈ ਤਿਆਰ ਰਹੇ ਹਾਂ। ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਜਾ ਕੇ ਜਦੋਂ ਅਸੀਂ ਸਹੁੰ ਖਾਧੀ ਸੀ, ਅਸੀਂ ਇਹੀ ਕਿਹਾ ਸੀ, ਇਹੀ ਉੱਥੇ ਅਰਦਾਸ ਕੀਤੀ ਸੀ ਕਿ ਸ਼ਹੀਦ ਆਜ਼ਮ ਜਿਨ੍ਹਾਂ ਦਾ ਸੁਪਨਾ ਸੀ ਕਿ ਆਜ਼ਾਦੀ ਤੋਂ ਬਾਅਦ ਮੁਲਕ ਕਿਹੋ ਜਿਹਾ ਹੋਊਗਾ, ਆਜ਼ਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ 'ਚ ਆਊਗਾ, ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਜਿਹੜੀ ਉਹ ਲੋਕਾਂ ਤੱਕ ਲੈ ਕੇ ਜਾਣੀ ਹੈ, ਕਰਪਸ਼ਨ ਫਰੀ ਪੰਜਾਬ ਬਣਾਉਣਾ। ਜਦੋਂ ਅਰਵਿੰਦ ਕੇਜਰੀਵਾਲ ਜੀ ਵਰਗੇ ਇਮਾਨਦਾਰ ਸਪੂਤ ਭਾਰਤ ਮਾਂ ਦੇ ਇੱਥੇ ਰਹਿਣਗੇ ਅਤੇ ਮੇਰੇ ਵਰਗੇ ਹਜ਼ਾਰਾਂ ਉਹਨਾਂ ਦੇ ਸਿਪਾਹੀ ਉਹਨਾਂ ਸਾਥ ਦੇਣਗੇ ਤਾਂ ਇਹ ਦੇਸ਼ ਬਦਲ ਸਕਦਾ। ਆਪਣੇ ਇੱਕ ਧਾਰਨਾ ਹੈ ਕਿ ਨਹੀਂ, ਕਰਪਸ਼ਨ ਦਾ ਸਿਸਟਮ ਬਹੁਤ ਗੂੜਾ ਹੈ ਜੀ, ਬਹੁਤ ਗਹਿਰਾ ਹੈ ਜੀ, ਇਹ ਟੁੱਟ ਨਹੀਂ ਸਕਦਾ, ਤਾਣਾ ਬਾਣਾ ਉਲਝਿਆ ਹੋਇਆ। ਬਿਲਕੁਲ ਇਹ ਟੁੱਟ ਸਕਦਾ ਜੇ ਨੀਅਤ ਸੱਚੀ ਹੋਵੇ। ਸੋ ਅਰਵਿੰਦ ਕੇਜਰੀਵਾਲ ਜੀ ਦੇ ਦੱਸੇ ਹੋਏ ਰਸਤੇ 'ਤੇ ਚੱਲਦਿਆਂ ਆਮ ਆਦਮੀ ਪਾਰਟੀ ਵੱਲੋਂ ਇੱਕ ਇਤਿਹਾਸਕ ਫੈਸਲਾ ਲਿਆ ਗਿਆ। ਕਈ ਵਿਰੋਧੀ ਪਾਰਟੀਆਂ ਕਹਿਣਗੀਆਂ ਦੇਖੋ ਜੀ 2 ਮਹੀਨਿਆਂ ਦੇ ਵਿੱਚ ਹੀ ਇਹਨਾਂ ਦਾ ਇੱਕ ਮੰਤਰੀ ਜਿਹੜਾ ਉਹ ਕਰਪਸ਼ਨ ਦੇ ਵਿੱਚ ਆ ਗਿਆ, ਤਾਂ ਉਹਦੇ ਕਾਰਵਾਈ ਵੀ ਤਾਂ ਮੈਂ ਹੀ ਕਰ ਰਿਹਾ। ਵਿਰੋਧੀ ਪਾਰਟੀ ਨੂੰ ਤਾਂ ਪਤਾ ਵੀ ਨਹੀਂ ਸੀ। ਉਹਨਾਂ ਦੇ ਵੀ ਮੁੱਖ ਮੰਤਰੀ ਇਹ ਕਹਿੰਦੇ ਰਹੇ ਨੇ ਕਿ ਸਾਨੂੰ ਪਤਾ ਸੀ ਕਿ ਇੰਨੇ ਮੰਤਰੀ ਸਾਡੇ ਮਾਫੀਆ ਦੇ ਵਿੱਚ ਇਨਵੋਲਵ ਨੇ, ਪਰ ਉਹਨਾਂ ਨੇ ਐਕਸ਼ਨ ਕਿਉਂ ਨਹੀਂ ਲਿਆ? ਇਹ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ। ਸੋ ਜੇ ਨੀਅਤ ਸੱਚੀ ਹੋਵੇ
तो सब कुछ हो सकता है। तो अज इस इतिहासक फैसले दे विच मैं अपनी आम आदमी पार्टी की ईमानदार सरकार दे एक भ्रिष्टाचारी मंत्री नूं बर्खास्त भी कर रहा, तो उहदे खिलाफ पुलिस नूं केस दर्ज करन दे निर्देश भी दे रहा। देश बदलांगे, जरूर बदलांगे, तुहाडा साथ चाहिए। भारत माता की जय, इनकलाब जिंदाबाद।